ਪੰਜਾਬ ਦੇ ਵਿੱਚ ਨਰੇਗਾ ਵਰਕਰ ਬਹੁਤ ਕੰਮ ਕਰ ਰਹੇ ਨੇ ਪਿੰਡਾਂ ਦੇ ਵਿੱਚ ਸਾਬ ਸਫਾਈ ਦਾ ਹੋਰ ਵੀ ਜਿਹੜੇ ਕੰਮ ਉਹਨਾਂ ਨੂੰ ਸੌਂਪੇ ਗਏ ਨੇ ਕਰਦੇ ਨੇ ਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਨਰੇਗਾ ਵਰਕਰ ਫਰੰਟ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਤੇ ਅਸੀਂ ਗੱਲ ਕਰਾਂਗੇ ਅਜੈਬ ਸਿੰਘ ਬਠੋਈ ਨਾਲ ਕਿ ਕਿਸ ਤਰ੍ਹਾਂ ਇਹ ਨਰੇਗਾ ਵਰਕਰਾਂ ਦੀ ਮਦਦ ਕਰਦੇ ਨੇ ਬਠੋਈ ਜੀ ਤੁਸੀਂ ਸਾਡੇ ਕੋਲ ਆਏ ਹੋ ਤੇ ਅੱਜ ਅਸੀਂ ਤੁਹਾਣਾ ਗੱਲ ਕਰਨੀ ਚਾਹਾਂਗੇ ਕਿ ਜਿਹੜੇ ਪੰਜਾਬ ਵਿੱਚ ਨਰੇਗਾ ਵਰਕਰ ਕੰਮ ਕਰਦੇ ਨੇ ਉਹਨਾਂ ਦੀਆਂ ਬੜੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਉਹ ਕੀ ਸਮੱਸਿਆਵਾਂ ਨੂੰ ਤੁਸੀਂ ਕਿਸ ਤਰ੍ਹਾਂ ਹੱਲ ਕਰਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜੋ ਤੁਸੀਂ ਅੱਜ ਇੱਥੇ ਬੁਲਾ ਕੇ ਸਾਨੂੰ ਮੌਕਾ ਦਿੱਤਾ ਔਰ ਜੋ ਤੁਸੀਂ ਸਵਾਲ ਕੀਤਾ ਨਰੇਗਾ ਵਰਕਰਾਂ ਦਾ ਪੰਜਾਬ ਦੇ ਵਿੱਚ 20 ਲੱਖ ਤੋਂ ਵੱਧ ਜੋਬ ਕਰਦੇ ਨੇ ਨਰੇਗਾ ਵਰਕਰਾਂ ਦੇ ਜੋ 20 ਲੱਖ ਤੋਂ ਉੱਤੇ ਨਰੇਗਾ ਵਰਕਰ ਨੇ ਔਰ ਸਰਕਾਰ ਉਹਨਾਂ ਨੂੰ ਹਰ ਫਰੰਟ ਤੇ ਫੇਲ ਕਰਨਾ ਚਾਹੁੰਦੀ ਐ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਸਟੇਟ ਦੀ ਸਰਕਾਰ ਆ ਕਿਸੇ ਸਰਕਾਰ ਨੇ ਨਰੇਗਾ ਵਰਕਰਾਂ ਵੱਲੋਂ ਧਿਆਨ ਨਹੀਂ ਦਿੱਤਾ ਉਹਨਾਂ ਨੂੰ ਹਰ ਸਰਕਾਰ ਨੇ ਅੱਖੋਂ ਪਰੋਖੋਂ ਕੀਤਾ ਲਾਕਡਾਊਨ ਦੇ ਵਿੱਚ ਵੀ ਉਹਨਾਂ ਦਾ ਬਹੁਤ ਬੁਰਾ ਹਾਲ ਰਿਹਾ ਕਿਸੇ ਨੂੰ 10 ਦਿਨ ਦਾ ਕੰਮ ਮਿਲਦਾ ਕਿਸੇ ਨੂੰ 15 ਦਿਨ ਦਾ ਕੰਮ ਮਿਲਦਾ ਜਦ ਕਿ ਇਹ ਕਾਨੂੰਨ ਬਣਾਇਆ ਇੱਕ ਜੋਬ ਕਾਰਡ ਤੇ ਘੱਟੋ ਘੱਟ 100 ਦਿਨ ਦਾ ਰੋਜ਼ਗਾਰ ਮਿਲਣਾ ਜ਼ਰੂਰੀ ਆ ਲੇਕਿਨ ਸਰਕਾਰ ਉਹਨਾਂ ਨੂੰ ਨਹੀਂ ਦੇ ਰਹੀ ਅੱਜ ਪੰਜਾਬ ਦੇ ਵਿੱਚ ਨਰੇਗਾ ਵਰਕਰ ਦਿਹਾੜੀਦਾਰ ਮਜ਼ਦੂਰ ਸਭ ਦਾ ਬੁਰਾ ਹਾਲ ਹੈ ਇੰਨੇ ਮਜ਼ਬੂਰ ਨੇ ਹਰ ਵਰਗ ਦੁਖੀ ਹੈ ਲੇਕਿਨ ਕਿਸੇ ਸਰਕਾਰ ਨੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਅਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੱਡੀਆਂ ਵੱਡੀਆਂ ਐਜੀਟੇਸ਼ਨਾਂ ਕੀਤੀਆਂ ਕੈਪਟਨ ਸਾਹਿਬ ਦਾ ਮਹਿਲ ਵੀ ਘੇਰਿਆ ਚੰਡੀਗੜ੍ਹ ਕੋਠੀ ਵੀ ਘੇਰੀ ਹਰ ਜ਼ਿਲ੍ਹੇ 'ਚ ਅਸੀਂ ਪ੍ਰੋਟੈਸਟ ਕੀਤੇ ਕਿ ਨਰੇਗਾ ਵਰਕਰਾਂ ਨੂੰ ਰੈਗੂਲਰ ਕਰੋ ਇਹਨਾਂ ਨੂੰ 365 ਦਿਨ ਕੰਮ ਦਿਓ ਕਟੋ ਕਟੇ ਨਾਲ ਦੀ ਦਿਹਾੜੀ 500 ਰੁਪਿਆ ਕਰੋ ਪਰ ਲੇਕਿਨ ਕਿਸੇ ਸਰਕਾਰ ਨੇ ਨਹੀਂ ਸੁਣੀ ਤੇ ਜਿਹੜੀਆਂ ਸਮੱਸਿਆਵਾਂ ਨੇ ਤੁਸੀਂ ਉਹਨਾਂ ਦਾ ਖਲਾਸਾ ਕਰ ਰਹੇ ਹੋ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਕੀ ਕੀ ਹੁੰਦੀਆਂ ਨੇ ਉਹਨਾਂ ਦੀ ਦੇਖੋ ਇੱਕ ਤਾਂ ਉਹਨਾਂ ਨੂੰ ਰੈਗੂਲਰ ਕੰਮ ਮਿਲਣਾ ਚਾਹੀਦਾ ਅਗਰ 365 ਦਿਨ ਕੰਮ ਮਿਲੇ ਤਾਂ ਇੱਕ ਗਰੀਬ ਮਜ਼ਦੂਰ ਪਰਿਵਾਰ ਵਧੀਆ ਤਰੀਕੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦਾ ਅੱਜ ਪਿੰਡਾਂ ਦੇ ਵਿੱਚ ਗਰੀਬ ਮਜ਼ਦੂਰਾਂ ਕੋਲੇ ਕੋਈ ਰੋਜ਼ਗਾਰ ਨਹੀਂ ਸਿਰਫ ਇੱਕ ਨਰੇਗਾ ਜਰੀਆ ਜਿਸ ਦੇ ਨਾਲ ਉਹ ਆਪਣੀ ਰੋਜੀ ਰੋਟੀ ਕਮਾ ਸਕਦੇ ਨੇ ਲੇਕਿਨ ਸਰਕਾਰ ਦਿੰਦੀ ਉਹ ਨਹੀਂ ਜੇ ਕੰਮ ਮਿਲ ਜਾਂਦਾ ਤਾਂ ਪੈਸੇ ਨਹੀਂ ਮਿਲਦੇ ਕਿਸੇ ਨੂੰ ਸਾਲ ਦੇ ਵਿੱਚ 10 ਦਿਨ ਕੰਮ ਮਿਲਦਾ ਕਿਸੇ ਨੂੰ 15 ਦੇ ਇਸ ਤੋਂ ਬਾਅਦ ਕੰਮ ਨਹੀਂ ਦਿੰਦੇ ਪੈਸੇ ਨਾ ਮਿਲਣ ਦਾ ਕਾਰਨ ਕੀ ਹੈ ਕੀ ਪੈਸੇ ਸਰਕਾਰ ਵੱਲੋਂ ਨਹੀਂ ਆਉਂਦੇ ਜਾਂ ਫਿਰ ਵਿਚਕਾਰ ਕੋਈ ਜਿਹੜੇ ਕੰਮ ਕਰਾਉਣ ਵਾਲੇ ਨੇ ਉਹ ਵਿੱਚ ਖਰਾਬ ਕਰਦੇ ਨੇ ਦੇਖੋ ਪੈਸਾ ਬਹੁਤ ਵੱਡੇ ਘਪਲੇ ਵੀ ਹੋਏ ਨੇ ਕੋਈ ਸੈਂਟਰ ਤੋਂ ਸਰਕਾਰ ਤੋਂ ਪੈਸਾ ਆਂਦਾ ਹੈ ਲੇਕਿਨ 10% 90% ਸੈਂਟਰ ਦਿੰਦੀ ਹੈ 10% ਸਟੇਟ ਸਰਕਾਰ ਪਾਉਂਦੀ ਹੈ ਲੇਕਿਨ ਉਹਦੇ ਵਿੱਚ ਵੀ ਬਹੁਤ ਵੱਡੇ ਘਪਲੇ ਨੇ ਨਰੇਗਾ ਦਾ ਪੈਸਾ ਇਹ ਵੱਡੇ ਵੱਡੇ ਹੋਰ ਕੰਮਾਂ ਤੇ ਲਾਈ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕੰਮ ਦੇਣ ਦੀ ਬਜਾਏ ਇਹ ਸਰਕਾਰ ਆਪਣੇ ਕੰਮਾਂ ਤੇ ਉਹਨਾਂ ਨੂੰ ਯੂਜ਼ ਕਰਦੀ ਆ ਸਭ ਤੋਂ ਵੱਡੀ ਪਾਲਿਸੀ ਸਰਕਾਰ ਦੀ ਇਹ ਆ ਕਿ ਗਰੀਬ ਮਜ਼ਦੂਰ ਆਪਣੀ ਸਹੀ ਤਰੀਕੇ ਨਾਲ ਰੋਟੀ ਨਾ ਖਾ ਸਕੇ ਉਹਨਾਂ ਨੇ ਇਹਨਾਂ ਨੂੰ ਭੁੱਖੇ ਮਾਰਨਾ ਤੇ ਪਰ ਹੁਣ ਜਿਵੇਂ ਕਿ ਬਿੱਤੇ ਜਣੀ ਜਿਹੜਾ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਹੋਇਆ ਉਹਦੇ ਨਾਲ ਫਿਰ ਆਉਣ ਵਾਲੀ ਜਦੋਂ ਚੋਣਾ ਹੋਣਗੇ ਤੇ ਉਸ ਤੋਂ ਬਾਅਦ ਕੀ ਰਾਹਤ ਮਿਲੂਗੀ ਫਿਰ ਤੁਹਾਨੂੰ ਇਸ ਦਾ ਤੁਹਾਡੇ ਸਾਹਮਣੇ 2022 ਦੇ ਵਿੱਚ ਤੁਸੀਂ ਰਿਜ਼ਲਟ ਦੇਖਿਓ ਜੋ ਪੰਜਾਬ ਦਾ ਮਜ਼ਦੂਰ ਵਰਗ ਹੈ ਨਰੇਗਾ ਵਰਕਰ ਹੈ ਸਾਰੇ ਜਿੰਨੀਆਂ ਦਲਿਤ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਵਾਵਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਨੇ ਉਹ ਸਾਰੇ ਇੱਕ ਫਰੰਟ ਤੇ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਕਿਉਂਕਿ ਅਸੀਂ ਦੇਖਿਆ ਗਰੀਬ ਮਜ਼ਦੂਰ ਦਿਹਾੜੀਦਾਰਾਂ ਨੇ ਕਿਵੇਂ ਆਪਣਾ ਟਾਈਮ ਪਾਸ ਕਰਿਆ ਉਹਨਾਂ ਦੇ ਇਕੱਲੇ ਇਕੱਲੇ ਦੇ ਦਿਮਾਗ ਦੇ ਵਿੱਚ ਫੀੜ ਆ ਕਿ ਅਸੀਂ ਕਿਵੇਂ ਆਪਣੀ ਰੋਟੀ ਖਾਧੀ ਆ ਕਿਸੇ ਸਰਕਾਰ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਮਜ਼ਦੂਰ ਵਰਗ ਦੀ ਕੋਈ ਵੀ ਪਾਰਟੀ ਨਹੀਂ ਨਾ ਬੀਐਸਪੀ ਉਹਨਾਂ ਦੀ ਪਾਰਟੀ ਹੈ ਔਰ ਕੋਈ ਵੀ ਪਾਰਟੀ ਨਹੀਂ ਕਿਉਂਕਿ ਸਾਰੀਆਂ ਪਾਰਟੀਆਂ ਨੇ ਦੇਖ ਚੁੱਕਲੇ ਨਕਾਰ ਦਿੱਤੀਆਂ ਕਿਉਂਕਿ ਜਦੋਂ ਅਸੀਂ ਨਰੇਗਾ ਵਰਕਰਾਂ ਨੇ ਪੰਜਾਬ ਦੇ ਵਿੱਚ ਐਡੇ ਐਡੇ ਐਜੀਟੇਸ਼ਨ ਕੀਤੇ ਕਿ ਗਰੀਬਾਂ ਨੂੰ ਰੋਜ਼ਗਾਰ ਦਿਓ ਇਹਨਾਂ ਨੂੰ ਕੰਮ ਦਿਓ ਕਦੇ ਵੀ ਬੀਐਸਪੀ ਨੇ ਕਿਸੇ ਵੀ ਪਾਰਟੀ ਨੇ ਹੱਕ ਦਾ ਹਾਂ ਦਾ ਨਾਹਰਾ ਨਹੀਂ ਮਾਰਿਆ ਕਿ ਮਜ਼ਦੂਰਾਂ ਦੇ ਕੰਮ ਹੋਣੇ ਚਾਹੀਦੇ ਨੇ ਹੁਣ ਇਹਨਾਂ ਨੂੰ ਵੋਟਾਂ ਕਿਸ ਮੂੰਹ ਤੇ ਪਾਣਗੇ 2022 ਦੇ ਵਿੱਚ ਤੁਹਾਡੇ ਸਾਹਮਣੇ ਰਿਜ਼ਲਟ ਆਊਗਾ ਕਿ ਮਜ਼ਦੂਰ ਇਹਨਾਂ ਨੂੰ ਕੀ ਜਵਾਬ ਦੇਣਗੇ ਅ ਜੈਮਸਨ ਜੀ ਇੱਕ ਬੜੀ ਵੱਡੀ ਗੱਲ ਹੈ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ ਤੇ ਉਦੋਂ ਉਹਨਾਂ ਦਾ ਨਾਰਾ ਸੀਗਾ ਰਾਜ ਨਹੀਂ ਸੇਵਾ ਤੇ ਹੁਣ ਜਦੋਂ ਅਕਾਲੀ ਤੇ ਬਸਪਸ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਯਾਨੀ ਜਿਹਦੀਆਂ ਤਿਆਰੀਆਂ ਹੋ ਰਹੀਆਂ ਨੇ ਚੋਣਾਂ ਹੋਣੀਆਂ ਨੇ 2022 ਦੇ ਵਿੱਚ ਹੁਣ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਆ ਸੋਚ ਵਿਕਾਸ ਦੀ ਨਵੇਂ ਪੰਜਾਬ ਦੀ ਸੋ ਇਹ ਦੋਨੋਂ ਨਾਰੇ ਇੱਕ ਬੜਾ ਜੋਸ਼ ਪੈਦਾ ਕਰਦੇ ਨੇ ਲੋਕਾਂ ਦੇ ਵਿੱਚ ਵਿਚਾਰ ਸਾਹਮਣੇ ਵਧੀਆ ਵਿਚਾਰ ਲਿਆਉਂਦੇ ਨੇ ਤੇ ਤੁਸੀਂ ਕੀ ਸਮਝਦੇ ਦੋਹਾਂ ਨਾਰਿਆਂ ਬਾਰੇ ਦੇਖੋ ਸਵਾਲ ਤੁਹਾਡੇ ਬਹੁਤ ਵਧੀਆ ਨੇ ਪਰ ਇਹ ਮਜ਼ਦੂਰਾਂ ਨੂੰ ਸਭ ਨੂੰ ਪਤਾ ਕਿ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਕਿੰਨਾ ਕਿ ਗਰੀਬਾਂ ਦੀ ਮਜ਼ਦੂਰਾਂ ਦੀ ਉਹਨਾਂ ਨੇ ਸੇਵਾ ਕੀਤੀ ਹੈ ਹਰ ਵਰਗ ਜਾਣਦਾ ਸਭ ਨੂੰ ਪਤਾ ਔਰ ਜੋ ਹੁਣੇ ਕਹਿ ਰਹੇ ਨੇ ਕਿ ਅਸੀਂ ਵਿਕਾਸ ਕਰਾਂਗੇ ਨਾਵਾ ਪੰਜਾਬ ਬਣਾਵਾਂਗੇ ਇਹ ਵੀ ਸਭ ਨੂੰ ਪਤਾ ਇਹ ਸਿਰਫ ਇਹਨਾਂ ਦੀਆਂ ਝੂਠੀਆਂ ਗੱਲਾਂ ਨੇ ਸਿਰਫ ਜੁਮਲੇ ਨੇ ਅੱਜ ਮਜ਼ਦੂਰ ਵਰਗ ਹਰ ਬੱਚਾ ਬੱਚਾ ਇਸ ਨੂੰ ਜਾਣਦਾ ਹੈ ਕਿ ਪਹਿਲਾਂ ਕਾਲੀਦਾਲ ਬੀਜੇਪੀ ਨੇ ਮਜ਼ਦੂਰਾਂ ਲਈ ਕੱਖ ਨਹੀਂ ਕੀਤਾ ਤੇ ਅੱਜ ਚਾਹੇ ਬੀਐਸਪੀ ਔਰ ਕਾਲੀਦਾਲ ਦਾ ਗੱਠ ਜੋੜ ਹੋਇਆ ਇਹਨਾਂ ਨੇ ਕੱਖ ਨਹੀਂ ਕਰਨਾ ਕਿਉਂਕਿ ਮਜ਼ਦੂਰ ਇਹਨਾਂ ਨੂੰ ਲੈ ਕੇ ਨਹੀਂ ਕਰਦੇ ਅੱਜ ਇਹੋ ਜਿਹੇ ਹਾਲਾਤ ਨੇ ਹੁਣ ਕਾਂਗਰਸ ਦੀ ਸਰਕਾਰ ਹੈ 5 ਸਾਲ ਹੋ ਗਏ ਉਹਨਾਂ ਨੇ ਗਰੀਬਾਂ ਨਾਲ ਇਹਨੇ ਵਾਅਦੇ ਕੀਤੇ ਸੀ ਕਿ ਅਸੀਂ 5-5 ਮਰਲੇ ਦੇ ਪਲਾਟ ਦਵਾਂਗੇ ਕੱਚੇ ਘਰਾਂ ਦਾ 2.5 ਲੱਖ ਦਵਾਂਗੇ ਗਰੀਬਾਂ ਦਾ ਕਰਜ਼ਾ ਮਾਫ਼ ਕਰਾਂਗੇ ਬੱਚਿਆਂ ਨੂੰ ਨੌਕਰੀ ਦਵਾਂਗੇ ਲੇਕਿਨ ਪੰਜਾਬ ਸਰਕਾਰ ਵੀ ਹਰ ਫਰੰਟ ਤੇ ਫੇਲ ਹੋਈ ਹੈ ਹਰ ਵਿਸ਼ੇ ਤੇ ਹਰ ਜਗ੍ਹਾ ਤੇ ਫੈਲ ਹੋਈ ਐ ਸਭ ਨੂੰ ਪਤਾ ਇਸ ਦਾ ਬਦਲ 2022 ਦੇ ਵਿੱਚ ਦੇਣ ਲਈ ਮਜ਼ਦੂਰ ਸਾਰੇ ਇਕੱਠੇ ਹੋ ਕੇ ਅਰੇ ਉਡੀਕ ਕਰ ਰਹੇ ਨੇ ਕਿ ਕਦੋਂ ਸਾਨੂੰ ਮੌਕਾ ਮਿਲੇ ਕਿ ਅਸੀਂ ਆਪਣਾ ਬਦਲਾ ਲਈਏ ਔਰ ਅੱਜ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਕਿਸਾਨ ਮਜ਼ਦੂਰ ਔਰ ਜਿਨ੍ਹਾਂ ਅਮਨ ਪਸੰਦ ਲੋਕ ਨੇ ਵਧੀਆ ਸੋਚ ਵਾਲੇ ਬਾਬਾ ਸਾਹਿਬ ਮਿਹੜਕਰ ਨੂੰ ਮੰਨਣ ਵਾਲੇ ਔਰ ਪੰਜਾਬ ਨੂੰ ਬਚਾਉਣ ਵਾਲੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਇਹਨਾਂ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਅੱਜ ਅਸੀਂ ਆਪਣੇ ਪੰਜਾਬ ਨੂੰ ਬਚਾਈਏ ਕਿਉਂਕਿ ਪੰਜਾਬ ਬਹੁਤ ਗਲਤ ਦਿਸ਼ਾ ਵੱਲ ਜਾ ਰਿਹਾ ਹੈ ਨਾ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਹੈ ਨਾ ਕਾਰੋਬਾਰ ਹੈ ਹਰ ਵਰਗ ਦੁਖੀ ਹੈ ਲੋਕ ਅੱਜ ਰੋਟੀ ਖਾਣ ਤੋਂ ਮਹਤਾਜ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਗਿੱਲੇ ਸ਼ਿਕਵੇ ਭੁਲਾ ਕੇ ਅਸੀਂ ਇੱਕ ਫਰੰਟ ਤੇ ਇਕੱਠੇ ਹੋ ਕੇ ਇੱਕ ਪੰਜਾਬ ਦੇ ਵਿੱਚ ਮਹਾ ਗਠਬੰਧਨ ਬਣਾ ਕੇ ਅਕਾਲੀ ਦਲ ਬੀਜੇਪੀ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਸਾਰਿਆਂ ਨੂੰ ਮੂੰਹ ਤੋੜ ਜਵਾਬ ਦੇ ਕੇ ਇੱਕ ਮਹਾ ਗਠਬੰਧਨ ਦੀ ਸਰਕਾਰ ਬਣਾਈਏ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਬਚਾ ਸਕੀਏ ਬਹੁਤ ਧੰਨਵਾਦੀ ਜੋ ਤੁਸੀਂ ਸਾਨੂੰ ਗੱਲਾਂ ਦਸੀਆਂ ਤੇ ਯਾਦ ਚਾਹਾਂਗੇ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕੀ ਫਤ